ਪਾਰਟੀ ਦੇ ਆਲਾ ਹਾਈ ਕਮਾਂਡ ਦੇ ਲੀਡਰਾਂ ਨੂੰ ਇਸ ਮਨ ਦੇ ਵਿੱਚ ਬਹੁਤ ਗੁੱਸਾ ਆਇਆ ਕਿ ਯਾਰ ਇਸ ਮੌਕੇ ਤੇ ਬੰਦਾ ਛੱਡ ਕੇ ਪਾਰਟੀ ਨੂੰ ਚਲਾ ਜਾਵੇ। ਇਦੂ ਮਾੜੀ ਗੱਲ ਨਹੀਂ ਬੋਲਦੀ। ਸੋ ਇਸ ਕਰਕੇ ਰਾਹੁਲ ਗਾਂਧੀ ਨੇ ਮੈਨੂੰ ਕਿਹਾ ਕਿ ਤੈਨੂੰ ਜਾ ਕੇ ਚੁਣਾਵ ਲੜਨਾ ਪੈਣਾ। ਮੈਂ ਫਿਰ ਜਿੰਦੜਬਾਦ ਛੱਡ ਕੇ ਆਪਦੇ ਲੋਕਾਂ ਨੂੰ ਕਿਹਾ ਵੀ ਇੱਥੇ ਬਈ ਹੁਣ ਮੈਨੂੰ ਮਹੀਨਾ ਛੁੱਟੀ ਦਿਓ। ਆਪਦੀ ਘਰਵਾਲੀ ਨੂੰ ਕਿਹਾ ਵੀ ਤੂੰ ਵੀ ਸੰਭਾਲ ਇੱਥੇ। ਫਿਰ ਮੈਂ ਹੁਣ ਲੁਧਿਆਣੇ ਛੱਡਿਆ। ਸੋ ਲੁਧਿਆਣੇ ਦੀ ਧਰਤੀ ਤੇ ਅੱਜ ਮੈਂ ਚੁਣਾਵ ਇਸ ਕਰਕੇ ਲੜ ਵਾਸਿਆ। ਇਹ ਗਦਾਰੀ ਦੀ ਲੜਾਈ ਹੈ, ਗਦਾਰੀ ਦੇ ਖਿਲਾਫ ਵਫਾਦਾਰੀ ਦੀ ਲੜਾਈ। ਜੇ ਗਦਾਰ ਨਾ ਹੁੰਦੇ ਤਾਂ ਦੇਸ਼ ਪਹਿਲਾਂ ਆਜ਼ਾਦ ਹੋ ਜਾਣਾ ਸੀ, 47 ਆਉਣੀ ਨਹੀਂ ਸੀ, ਫਿਰ ਭਗਤ ਸਿੰਘ ਨੂੰ ਸੂਲੀ ਤੇ ਚੜ੍ਹਨਾ ਨਹੀਂ ਪੈਣਾ ਸੀ। ਉਦੋਂ ਵੀ ਸਾਡੇ ਗਦਾਰ ਸੀਗੇ ਲੋਕ ਜਿਹੜੇ ਅੰਗਰੇਜ਼ਾਂ ਨਾਲ ਰਲ ਜਾਂਦੇ ਸੀ, ਸਾਡੀਆਂ ਸਾਰੀਆਂ ਖਬਰਾਂ ਅੰਗਰੇਜ਼ਾਂ ਨੂੰ ਦੇ ਦਿੰਦੇ ਸੀ, ਇਸ ਕਰਕੇ ਦੇਸ਼ ਤੇ ਉਹਨਾਂ ਦਾ ਰਾਜ ਰਿਹਾ। ਚਲੋ, ਸੋ ਭਾਜਪਾ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ, ਜਿਹੜਾ ਵਿਅਕਤੀ ਭਾਜਪਾ ਨੂੰ ਵੋਟ ਪਾਏਗਾ ਉਹ ਪਿਆਰ ਨੂੰ, ਉਹ ਪੰਜਾਬ ਨੂੰ ਪਿਆਰ ਨਹੀਂ ਕਰਦਾ, ਉਹ ਪੰਜਾਬੀਅਤ ਨੂੰ ਪੰਜਾਬ ਪਿਆਰ ਨਹੀਂ ਕਰਦਾ, ਉਹ ਪੰਜਾਬ ਦਾ ਰਹਿਣ ਵਾਲਾ ਨਹੀਂ। ਇਸ ਕਰਕੇ ਇਹ ਲੜਾਈ ਲੜਨ ਵਾਸਤੇ ਆਏ। ਦੂਜੇ ਪਾਸੇ ਆਮ ਆਦਮੀ ਪਾਰਟੀ ਹੈ, ਸਿੱਧੀ ਗੱਲ ਹੈ, ਝਾੜੂ ਕਿਤੇ ਜੀ 2 ਮਿੰਟ ਫਿਰ ਮੈਂ ਵਾਪਸ ਨਹੀਂ ਆਉਣਾ, ਇਲੈਕਸ਼ਨਾਂ ਤੋਂ ਬਾਅਦ ਆਊਂਗਾ ਤੇਰਾ ਧੰਨਵਾਦ ਕਰਨ ਵਾਸਤੇ। ਅੱਜ 16:10 ਤੇ ਟਾਈਮ ਹੈ ਮੇਰੀ ਮਾਂ ਬਣ ਕੇ, ਫਿਰ ਆਪਦੀ ਸਹੇਲੀ ਨਾਲ ਅੱਧੇ ਘੰਟੇ ਬਾਅਦ ਭਾਵੇਂ ਜਿੰਨੀਆਂ ਮਰਜ਼ੀ ਜੱਫੀਆਂ ਪਾਈ ਨੇ, ਕੋਈ ਇਤਰਾਜ਼ ਨਹੀਂ। ਸੋ ਇੱਕ ਝਾੜੂ ਵਾਲੇ ਆਏ, ਉਹਨਾਂ ਨੇ ਕਿਹਾ ਕਿ ਇਹ ਸਾਰੇ ਬੇਈਮਾਨ ਹੈ, ਅਸੀਂ ਬੜੇ ਚੰਗੇ ਹਾਂ ਤੇ ਸਾਨੂੰ ਵੋਟਾਂ ਪਾਓ। ਲੋਕ ਥੱਕ ਗਏ ਸੀ, ਲੋਕਾਂ ਨੇ ਆਖਿਆ ਸ਼ਾਇਦ ਇਹ ਚੰਗੇ ਹੋਣਗੇ। 90 ਸੀਟਾਂ ਜਿਤਾ ਦੀਆਂ, ਕੋਈ ਮਾਣੂ ਕੇ ਆਈ, ਕੋਈ ਹੋਰ ਆਇਆ, ਸਾਰਿਆਂ ਨੂੰ ਵੋਟਾਂ ਪਾਵਾਂਗੇ ਜੇ ਪਾਤਾ। ਪਰ ਤੁਹਾਨੂੰ ਕਿੰਨੀ ਮਿਲੀ ਉਸ ਤੋਂ ਬਾਅਦ? 1000 ਰੁਪਏ ਦਾ ਵਾਅਦਾ ਕੀਤਾ ਤੁਸੀਂ, ਧੂੜ ਭੱਜਦੀ ਸਾਡੀ, 1000 ਦਿਓ ਕਿਹੜੇ ਭਗਵੰਤ ਮਾਨ ਕਿਹੜੇ 1000 ਦਿਓ, ਲੈ ਲਿਆ 1000। 1000 ਤਾਂ ਕੀ ਆਉਣਾ ਸੀ, ਹੋਰ ਸਾਰਾ ਕੁਛ ਬੰਦ ਹੋ ਗਿਆ। ਸਾਡਾ 1000 ਦਿੱਤਾ ਭੁੱਲ ਗਏ ਤੁਸੀਂ ਲੋਕ। ਅਸੀਂ 1000 ਰੁਪਇਆ ਦਿੱਤਾ, ਅਸੀਂ ਪੈਨਸ਼ਨ 500 ਰੁਪਇਆ ਆਉਂਦੀ ਸੀ, 1500 ਕਰਤੀ, 1000 ਰੁਪਇਆ ਵੀ ਮਿਲਦਾ ਅਸੀਂ ਦਿੰਦੇ ਰਹੇ। ਸ਼ਗਨ ਸਕੀਮ ਕੁੜੀ ਦੇ ਵਿਆਹ ਤੇ 16000 ਰੁਪਇਆ ਮਿਲਦਾ ਸੀ, ਅਸੀਂ 51000 ਕਰਤਾ। ਪਰ ਸਾਨੂੰ ਮਿਲਿਆ ਕੀ? ਤੁਹਾਡਾ ਕਿਰਾਇਆ ਬੱਸਾਂ ਦਾ ਫਸਟ ਕਰਦਾ। ਹੁਣ ਚੌੜੇ ਹੋ ਕੇ ਖੁਸ਼ ਹੋ ਕੇ ਚੜ੍ਹ ਜਾਂਦੇ ਹੋ ਵੀ ਆਹ ਬਾਪੂ ਵਾਲੀ ਬੱਸ ਆ ਗਈ, ਸਾਡੀ ਬੱਸ ਹੈ, ਆ ਲੈ ਆਧਾਰ ਕਾਰਡ। ਹੁਣ ਤੁਹਾਡੇ ਘਰ ਵਾਲਿਆਂ ਨੂੰ ਤੁਹਾਡੇ ਮਗਰ ਚੜ੍ਹਨਾ ਪੈਂਦਾ, ਨਹੀਂ ਤੁਹਾਨੂੰ ਆਪਦੇ ਘਰ ਵਾਲਿਆਂ ਦੇ ਮਗਰ ਚੜ੍ਹਨਾ ਪੈਂਦਾ ਸੀ। ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ? ਪਰ ਸਾਨੂੰ ਮਿਲਿਆ ਕੀ? ਤੁਸੀਂ ਅਗਲੇ 1000 ਨੂੰ ਭੱਜ ਗਈਆਂ, ਸਾਡੇ ਵਾਲਾ ਆ ਬੱਸ ਭਜਾ ਲੈਂਦੇ ਹੋ, ਬੱਸ ਦੀ ਜੇ ਥਾਂ ਨਹੀਂ ਹੁੰਦੀ ਤਾਂ ਫਿਰ ਭਜਾਉਣੀ ਹੈ। ਹੁਣ ਅਗਲੀ ਵਾਰੀ ਹੋਰ ਬੱਸਾਂ ਲਿਆ ਕੇ ਪਾਵਾਂਗੇ। ਝਾੜੂ ਦੀ ਸਰਕਾਰ ਹੈ, ਇਹ ਝਾੜੂ ਦੀ ਸਰਕਾਰ ਨੇ ਤਾਂ ਮੂਸੇ ਵਾਲਾ ਮਰਵਾਤਾ ਤੇ ਹੁਣ ਉਹਨਾਂ ਦੇ ਘਰੇ ਫਿਰ ਪੁੱਤ ਜੰਮਿਆ ਤੇ ਪੁਲਿਸ ਵਾਲੇ ਭੇਜਦੇ ਵੀ ਦੱਸੋ ਇਹ ਪੁੱਤ ਜੰਮਿਆ ਕਿਵੇਂ ਹੈ, ਇਸ ਉਮਰ ਚ ਕਿਵੇਂ ਜੰਮਿਆ ਤੇ ਕਿਉਂ ਜੰਮਿਆ। ਵੀ ਜੰਮਿਆ ਕਿਸੇ ਨੇ, ਅਗਲਿਆਂ ਦੇ ਘਰੇ ਚਿਰਾਗ ਦੁਆਰੇ ਉਹਨਾਂ ਦੇ ਜਿਉਣ ਦਾ ਸਹਾਰਾ ਜੰਮ ਪਿਆ ਤੇ ਤੁਸੀਂ ਪੁਲਿਸ ਦੇ ਡਾਕਟਰ ਭੇਜਦੇ ਆ, ਸ਼ਰਮ ਹੋਣੀ ਚਾਹੀਦੀ, ਉਹ ਵੀ ਹਸਪਤਾਲ ਵਿੱਚ। ਇਹ ਹੁਣ ਬਦਲਾਅ ਦੀ ਸਰਕਾਰ ਹੈ,
ਜੋ ਇਹਨਾਂ ਨੇ ਕੀਤਾ ਤੁਹਾਨੂੰ ਪਤਾ ਹੈ। ਸਿਆਣੇ ਕਹਿੰਦੇ ਆ ਕਿ ਬੇ ਉਹ ਮਾਤਾ ਜੀ, ਸਿਆਣੇ ਕਹਿੰਦੇ ਸੁਨਿਆਰੇ ਉਸ ਦੇ ਜਾਓ ਜਿਹਨੂੰ ਜਾਣਦੇ ਹੋਈਏ। ਸੁਨਿਆਰਾ ਖੋਲ ਤਾਂ ਪਾਊਗਾ ਹੀ ਪਾਊਗਾ, ਪਰ ਜਿਹੜਾ ਆਪਦਾ ਸੁਨਿਆਰਾ ਭਰਾ ਉਹ ਖੋਜ ਘੱਟ ਪਾਊਗਾ ਤੇ ਆਧਾਰ ਵੀ ਕਰ ਲੂਗਾ, ਤੁਹਾਡਾ ਕੰਮ ਕਰ ਲੂ ਕਿ ਨਵੀਂ ਦੁਕਾਨ ਵੇਖ ਕੇ ਸ਼ੀਸ਼ਿਆਂ ਲਈ ਵੜ ਕੇ ਨਾ ਉਹਨੇ ਟੁੱਟ ਲੈਣਾ, ਅੱਧਾ ਹੀ ਖਾਲੂਗਾ। ਜਿਹੜਾ ਜਾਣਿਆ ਪਛਾਣਿਆ ਹੋਵੇ ਉਹਦੇ ਚਾਹੀਦਾ। ਕਾਂਗਰਸ ਪਾਰਟੀ ਜਾਣੀ ਪਛਾਣੀ ਹੈ, ਆਪਦਾ ਮਾਰੂ ਛਾਵੇਂ ਸਿੱਟੂ, ਇਹ ਨਵੀਂ ਪਾਰਟੀ ਤਾਂ ਮੁੜ ਕੇ ਲੱਭੀ ਨਹੀਂ ਆਈ। ਨਾ ਇਸ ਤੋਂ ਬਾਅਦ ਮਾਣੂਕੇ ਜੀ ਨੇ ਚੁਣਾਵ ਲੜਨਾ, ਕਿਉਂ ਆਵੇ ਤੁਹਾਡੇ ਦੋ ਵਾਰੀ MLA ਘਰੇ ਬੈਠੇ ਬਣ ਗਏ, ਹੁਣ ਅਗਲੀ ਵਾਰੀ ਲੜਨਾ ਹੀ ਨਹੀਂ, ਨਾ ਪਾਰਟੀ ਨੇ ਲੜਾਉਣਾ। ਸੋ ਮੇਰੇ ਕਹਿਣ ਦਾ ਮਤਲਬ ਇਹ ਸਾਰੇ ਵਾਅਦੇ ਤੁਹਾਡੇ ਨਾਲ ਇਹਨਾਂ ਨੇ ਝੂਠੇ ਕੀਤੇ ਔਰ ਲੋਕਾਂ ਨੂੰ ਬੇਵਕੂ ਬਣਾਇਆ ਬਦਲਾਵ ਦੇ ਨਾਂ ਤੇ ਕਿ ਅਸੀਂ ਇਹ ਕਰ ਦਿਆਂਗੇ। ਤੁਹਾਡੇ ਪਿੰਡ ਚ ਕੋਈ ਪੈਸਾ ਲੱਗ ਰਿਹਾ 2.5 ਸਾਲਾਂ ਦਾ ਸਰਪੰਚ ਸਾਹਿਬ, 2.5 ਸਾਲਾਂ ਦਾ ਇੱਕ ਵੀ ਲੱਗ ਰਹੀ, ਵਿੱਤ ਕਮਿਸ਼ਨ ਦਾ ਪੈਸਾ ਲੱਗਿਆ ਕੱਲਾ। ਮੈਂ ਤਾਂ ਮਤਲਬ ਸਰਕਾਰ ਆਮ ਆਦਮੀ ਪਾਰਟੀ ਦੀ ਉਹ 2.5 ਸਾਲ ਦੀ ਬਣੀ ਹੈ, 1 ਰੁਪਇਆ ਨਹੀਂ ਆਇਆ ਹੋਣਾ। ਸੋ ਮੇਰੀ ਬੇਨਤੀ ਹੈ, ਲੜਾਈ ਬੜੀ ਵੱਡੀ ਹੈ, ਬੜੀ ਵੱਡੀ ਲੜਾਈ ਹੈ। ਅਕਾਲੀ ਦਲ ਵਾਲੇ ਖਤਮ ਹੋ ਚੁੱਕੇ ਹੈ, ਅੱਜ ਉਹਨਾਂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਆ, ਅੱਜ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦਾ ਕੋਈ ਫਾਇਦਾ ਨਹੀਂ। ਆਪਾਂ 2027 ਚ ਪਿੰਡ ਵਾਲੇ ਉਹ ਫੈਸਲਾ ਕਰ ਲਾਂਗੇ ਕਿਹੜੀ ਪਾਰਟੀ ਨੂੰ ਵੋਟਾਂ ਪਾਉਣੀਆਂ, ਜੇ ਜਿਹੜੀ ਪਾਰਟੀ ਚੰਗੇ ਕੰਮ ਕਰੂਗੀ ਆਪਾਂ ਉਹਨੂੰ ਵੋਟਾਂ ਪਾਵਾਂਗੇ MLA ਦੀਆਂ। ਹੁਣ ਮੌਕਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਾਉਣਾ ਹੈ ਮੋਦੀ, ਤੇ ਜੇ ਲਾਉਣਾ ਤਾਂ ਕਾਂਗਰਸ ਪਾਰਟੀ ਲਾ ਸਕਦੀ ਹੈ। 5 ਦਾ ਬਟਨ ਦਬਾਓ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ ਬਚਾਉਣ ਵਾਸਤੇ, ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਵਾਸਤੇ ਆਪਾਂ 5 ਦਾ ਬਟਨ ਦਬਾ ਕੇ ਮੈਨੂੰ ਕਾਮਯਾਬ ਬਣਾਓ ਬਣਾਓ ਕਿ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਬਣਾਉਣਾ ਬਚਾਉਣਾ ਜੇ ਲੋਕਤੰਤਰ ਬਚਾਉਣਾ। ਹੋ ਸਕਦਾ ਜੇ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਦੁਬਾਰੇ ਬਣਿਆ ਤਾਂ ਫੇਰ ਉਸ ਤੋਂ ਬਾਅਦ ਕਦੇ ਚੁਣਾਵ ਨਹੀਂ ਹੋਣਗੇ। ਚਾਈਨਾ ਚ ਚੁਣਾਵ ਨਹੀਂ ਹੁੰਦੇ, ਰਸ਼ੀਆ ਚ ਚੋਣਾਂ ਨਹੀਂ ਹੁੰਦੀਆਂ, ਕੋਰੀਆ ਚ ਚੋਣਾਂ ਨਹੀਂ ਹੁੰਦੀਆਂ। ਸ਼ਾਸਨਕਾਰ ਉਹਨਾਂ ਦੀ ਸਰਕਾਰ ਰਹਿੰਦੀ ਹੈ, ਤੁਹਾਡੇ ਤੋਂ ਵੋਟਾਂ ਮੰਗਣ ਨੂੰ ਕੋਈ ਆਉਂਦਾ ਤੇ ਜਿਹੜਾ ਧਰਨੇ ਲਾਉਂਦੇ ਹੈ, ਚਾਈਨਾ ਚ ਕੋਈ ਧਰਨਾ ਨਹੀਂ ਲੱਗਦਾ, ਫੜ ਕੇ ਕਾਰ ਕੋਠੜੀ ਸਭ ਗੁਲਾਮ ਬਣਾ ਰੱਖੇ ਹੈ। ਲੋਕਤੰਤਰ ਦੀ ਹਿਫਾਜ਼ਤ ਕਰਨ ਵਾਸਤੇ ਇੱਕ ਹੀ ਪਾਰਟੀ ਬਚੀ ਹੈ, ਜੇ ਕੇਂਦਰ ਦੇ ਵਿੱਚ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਭੁੱਲ ਕਰ ਲਈ ਫਿਰ ਸਮਾਂ ਦੁਬਾਰੇ ਵਾਪਸ ਨਹੀਂ ਆਏਗਾ। ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਬੇਨਤੀ ਕਰਨੀ ਚਾਹੁੰਦਾ, ਇੱਕ ਇੱਕ ਵੋਟ 5 ਦਾ ਬਟਨ ਦਬਾ ਕੇ ਤੁਸੀਂ ਕਾਂਗਰਸ ਪਾਰਟੀ ਕਾਮਯਾਬ ਬਣਾਓ। 1 ਤਰੀਕ ਨੂੰ ਵੋਟਾਂ ਪੈਣੀਆਂ ਔਰ ਪਿੰਡ ਚੋਂ ਘੱਟੋ ਘੱਟ 200-300-400 ਵੋਟਾਂ ਦੇ ਲੀਡ ਦੇ ਨਾਲ ਕਾਂਗਰਸ ਪਾਰਟੀ ਜਿੱਤੇ, ਤਾਂ ਜੋ ਇਸ ਵਾਰੀ ਜਗਰਾਓਂ ਹਲਕੇ ਦੇ ਜਦੋਂ ਡੱਬੇ ਖੁੱਲਣ ਤੇ 15-20 ਹਜ਼ਾਰ ਦੀ ਲੀਡ ਦੇ ਨਾਲ ਕਾਂਗਰਸ ਪਾਰਟੀ ਦਾ ਉਮੀਦਵਾਰ ਯਾਨੀ ਕਿ ਤੁਹਾਡਾ ਭਰਾ ਅੱਗੇ ਜਾਵੇ ਤੇ ਅਸੀਂ ਭਾਜਪਾ ਦੇ ਉਮੀਦਵਾਰ ਨੂੰ ਹਰਾਈਏ। ਔਰ ਇੱਕ ਗੱਲ ਕਹਿਣਾ ਚਾਹੁੰਦਾ, ਤੁਹਾਨੂੰ ਫਕਰ ਮਹਿਸੂਸ ਹੋਏਗਾ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਰਾਜਾ ਵੜਿੰਗ ਖੜਾ ਹੋ ਕੇ
ਜਗਰਾਉਂ ਦੇ ਮੁੱਦਿਆਂ ਦੀ ਤੇ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੇਗਾ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗਾ। ਤੁਸੀਂ ਕਹੋਗੇ ਕਿ ਅਸੀਂ ਐਸਾ ਨੌਜਵਾਨ ਛੁੱਟ ਕੇ ਭੇਜਿਆ ਜਿਹਨੇ ਸਾਡੀ ਪੱਗ ਦੀ ਲਾਜ ਰੱਖੀ ਤੇ ਉੱਥੇ ਗੜਕਾ ਪਾਉਂਦਾ ਵਿਖਿਆ। ਸਾਡੇ 500 MP ਹੈ, ਅਗਰ ਸਾਡੇ 500 MP ਤੋਂ ਸਭ ਤੋਂ ਵੱਧ ਰਾਜਾ ਬੜਿੰਗ ਨਾ ਬੋਲਿਆ ਕਰੇ ਤਾਂ ਰਾਜੇ ਬੜਿੰਗ ਨੂੰ ਫੜ ਦਿਓ, ਜੋ ਰਾਜਾ ਬੜਿੰਗ ਤੁਹਾਡੀ ਲੜਾਈ ਲੜਿਆ ਕਰੇਗਾ। ਉੱਥੇ ਬੋਲਣ ਜਾਣਾ, ਮਰੂੰਡੇ ਵਿੱਚ ਨਹੀਂ ਜਾਣਾ, ਉਹ ਤਾਂ ਇੱਥੇ ਦੇ ਸਕਦੇ ਹੈ। ਉੱਥੇ ਜੇ ਗੱਲ ਨਾ ਕੀਤੀ ਪੰਜਾਬ ਦੀ ਤਾਂ ਫਿਰ ਪੰਜਾਬ ਪਛੜ ਜਾਣਾ। ਆ ਜਿਹੜਾ ਪਹਿਲਾਂ ਬਣਿਆ ਸੀ, ਜਿਹੜਾ ਸੁੱਚੇ ਮੂੰਹ ਮੁੜਿਆ ਆ ਰਵਨੀਤ ਸਿੰਘ ਮਿੱਟੂ, ਕਦੇ ਦੇਖਿਆ ਪੰਜਾਬ ਦੀ ਗੱਲ ਕਰਦਾ? ਕਦੇ ਪੰਜਾਬ ਹਾਂ ਆਪ ਦੀ ਗੱਲ ਕਰੇਗਾ, ਆਪਦੇ ਪਰਿਵਾਰ ਦੀ ਗੱਲ ਕਰੇਗਾ, ਆਪਦੇ ਬਾਰੇ ਬੜੀ ਗੱਲ ਕਰੇਗਾ। ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਤਕੜੇ ਹੋ ਕੇ ਮੈਨੂੰ 1 ਤਰੀਕ ਨੂੰ ਕਾਮਯਾਬ ਬਣਾਓ ਤੇ ਤੁਹਾਡੇ ਹੱਕਾਂ ਦੀ ਲੜਾਈ ਲੜਾਂਗਾ। ਇਹਨੇ ਸ਼ਬਦਾਂ ਨਾਲ ਹਾਜ਼ਰੀ ਕਰਿਓ ਪ੍ਰਵਾਨ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ।